ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਪੰਜਾਬ ਮੇਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਅੱਜ ਗੱਲ ਕਰਾਂਗੇ ਇੱਕ ਰਹੱਸਮਈ ਘਟਨਾ ਬਾਰੇ। ਵੈਸੇ ਤਾਂ ਦੁਨੀਆ ਵਿੱਚ ਬਹੁਤ ਸਾਰੀਆਂ ਰਹੱਸਮਈ ਘਟਨਾਵਾਂ ਵਾਪਰਦੀਆਂ ਨੇ, ਪਰ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਡੀਵੀ ਕੂਪਰ ਬਾਰੇ। ਇਸ ਨੂੰ ਡੈਨ ਕੂਪਰ ਵੀ ਕਿਹਾ ਜਾਂਦਾ ਹੈ। ਇਸ ਨੇ ਇੱਕ ਪਲੇਨ ਹਾਈਜੈਕ ਕੀਤਾ ਸੀ, ਪਰ ਉੱਡਦੇ ਪਲੇਨ ਵਿੱਚੋਂ ਇਹ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ ਸੀ ਅਤੇ ਇਹ ਅਮੈਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰਹੱਸਮਈ ਘਟਨਾ ਹੈ। ਕੌਣ ਸੀ ਡੀਵੀ ਕੂਪਰ, ਕਿਵੇਂ ਉੱਡਦੇ ਜਹਾਜ਼ ਵਿੱਚੋਂ ਗਾਇਬ ਹੋ ਗਿਆ? ਸੋ ਅੱਜ ਗੱਲ ਕਰਾਂਗੇ ਬਹੁਤ ਹੀ ਇੰਟਰਸਟਿੰਗ ਅਤੇ ਰਹੱਸਮਈ ਸਟੋਰੀ ਬਾਰੇ। ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਅਮੈਰੀਕਾ ਦੇ ਓਰੇਗਨ ਸਟੇਟ ਦੇ ਪੋਰਟਲੈਂਡ ਸ਼ਹਿਰ ਤੋਂ। ਦਿਨ ਬੁੱਧਵਾਰ 24 ਨਵੰਬਰ 1971 ਦੀ ਦੁਪਹਿਰ ਨੂੰ 40-45 ਸਾਲ ਦਾ ਇੱਕ ਬੰਦਾ ਪੋਰਟਲੈਂਡ ਦੀ ਇੰਟਰਨੈਸ਼ਨਲ ਏਅਰਪੋਰਟ 'ਤੇ ਆਉਂਦਾ ਹੈ। ਇਸ ਬੰਦੇ ਨੇ ਕਾਲਾ ਕੋਟ ਪੈਂਟ, ਚਿੱਟੀ ਸ਼ਰਟ, ਕਾਲੀ ਟਾਈ ਅਤੇ ਡਾਰਕ ਭੂਰੇ ਬੂਟ ਪਾਏ ਹੋਏ ਨੇ ਅਤੇ ਹੱਥ ਵਿੱਚ ਕਾਲਾ ਬਰੀਫ ਕੇਸ ਫੜਿਆ ਹੋਇਆ। ਇਸ ਦੀ ਹਾਈਟ 5 ਫੁੱਟ ਦੱਸੀ ਜਾਂਦੀ ਹੈ। ਉਸ ਦਿਨ ਏਅਰਪੋਰਟ 'ਤੇ ਕੋਈ ਜ਼ਿਆਦਾ ਭੀੜ ਨਹੀਂ ਸੀ। ਏਅਰਪੋਰਟ 'ਤੇ ਆ ਕੇ ਉਹ ਨੌਰਥ ਵੈਸਟ ਓਰੀਐਂਟ ਏਅਰਲਾਈਨ ਦੇ ਕਾਊਂਟਰ 'ਤੇ ਗਿਆ ਅਤੇ ਉਸਨੇ ਪੋਰਟਲੈਂਡ ਤੋਂ ਸਿਆਟਲ ਲਈ ਇੱਕ 1-ਵੇ ਟਿਕਟ ਲਈ ਅਤੇ ਉਸ ਟਿਕਟ ਲਈ $20 ਕੈਸ਼ ਪੇ ਕੀਤੇ। ਟਿਕਟ ਲੈਂਦੇ ਸਮੇਂ ਉਸਨੇ ਆਪਣਾ ਨਾਮ ਡੈਨ ਕੂਪਰ ਦੱਸਿਆ। ਉਸਨੂੰ ਨੌਰਥ ਵੈਸਟ 305 ਬੋਇੰਗ 727 ਜਹਾਜ਼ ਦੀ ਟਿਕਟ ਮਿਲੀ ਅਤੇ ਉਸ ਸਮੇਂ ਏਅਰਪੋਰਟ 'ਤੇ ਕੋਈ ਵੀ ਮੈਟਲ ਡਿਟੈਕਟਰ ਨਹੀਂ ਹੁੰਦਾ ਸੀ ਅਤੇ ਡੈਨ ਆਪਣੀ ਟਿਕਟ ਲੈ ਕੇ ਬੋਰਡਿੰਗ ਗੇਟ ਵੱਲ ਨੂੰ ਤੁਰ ਪਿਆ ਅਤੇ ਬੋਰਡਿੰਗ ਤੋਂ ਬਾਅਦ ਡੈਨ ਆਪਣੀ 305 ਫਲਾਈਟ ਦੇ ਸਭ ਤੋਂ ਪਿੱਛੇ ਜਾ ਕੇ 18C ਸੀਟ 'ਤੇ ਬੈਠ ਗਿਆ। ਇਸ ਫਲਾਈਟ ਵਿੱਚ ਕੂਪਰ ਤੋਂ ਬਿਨਾਂ 35 ਯਾਤਰੀ, 3 ਫਲਾਈਟ ਅਟੈਂਡੈਂਟ, 1 ਪਾਇਲਟ, 1 ਕੋ ਪਾਇਲਟ ਅਤੇ 1 ਫਲਾਈਟ ਇੰਜੀਨੀਅਰ ਸਮੇਤ 42 ਲੋਕ ਹੋਰ ਸੀ ਅਤੇ ਫਲਾਈਟ ਜ਼ਿਆਦਾਤਰ ਖਾਲੀ ਸੀ। ਇਹ ਫਲਾਈਟ ਦੁਪਹਿਰ 2:30 'ਤੇ ਉੱਡੀ ਅਤੇ ਇਸ ਨੇ 1/2 ਘੰਟੇ ਬਾਅਦ ਸਿਆਟਲ ਦੇ ਏਅਰਪੋਰਟ 'ਤੇ ਉਤਰਨਾ ਸੀ। ਫਲਾਈਟ ਉੱਡਣ ਤੋਂ ਕੁਝ ਸਮਾਂ ਬਾਅਦ ਹੀ ਡੈਨ ਨੇ ਜੇਬ ਵਿੱਚੋਂ ਇੱਕ ਪਰਚੀ ਕੱਢੀ ਅਤੇ ਉਸ ਦੇ ਕੋਲ ਖੜ੍ਹੀ ਫਲਾਈਟ ਅਟੈਂਡੈਂਟ ਫਲੋਰੈਂਸ ਸ਼ੈਫਨਰ ਨੂੰ ਦੇ ਦਿੱਤੀ। ਫਲੋਰੈਂਸ ਨੇ ਉਹ ਪਰਚੀ ਲਈ ਅਤੇ ਉੱਥੋਂ ਹੱਸ ਕੇ ਚਲੀ ਗਈ, ਕਿਉਂਕਿ ਉਸ ਨੂੰ ਲੱਗਿਆ ਕਿ ਸ਼ਾਇਦ ਡੈਨ ਨੇ ਉਸ ਨੂੰ ਫੋਨ ਨੰਬਰ ਦਿੱਤਾ ਹੈ, ਕਿਉਂਕਿ ਉਸ ਨਾਲ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਸੀ। ਫਲੋਰੈਂਸ ਨੇ ਬਿਨਾਂ ਪੜ੍ਹੇ ਇਹ ਪਰਚੀ ਆਪਣੀ ਜੇਬ ਵਿੱਚ ਰੱਖ ਲਈ ਅਤੇ ਡੈਨ ਨੇ ਜਦੋਂ ਦੇਖਿਆ ਕਿ ਉਸਨੇ ਇਹ ਪਰਚੀ ਪੜ੍ਹੀ ਨਹੀਂ ਅਤੇ ਉਸਨੇ ਫਲੋਰੈਂਸ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਜੇਕਰ ਤੁਸੀਂ ਉਹ ਪਰਚੀ ਪੜ੍ਹ ਲਈ ਹੈ ਤਾਂ ਠੀਕ ਹੈ, ਪਰ ਜੇਕਰ ਨਹੀਂ ਪੜ੍ਹੀ ਤਾਂ ਤੁਹਾਨੂੰ ਦੱਸ ਦਿਆਂ ਕਿ ਮੇਰੇ ਕੋਲ ਇੱਕ ਬੰਬ ਹੈ। ਅਤੇ ਇਹ ਸੁਣ ਕੇ ਉਹ ਘਬਰਾ ਗਈ ਅਤੇ ਉਸਨੇ ਇੱਕਦਮ ਪਰਚੀ ਪੜ੍ਹਨੀ ਸ਼ੁਰੂ ਕੀਤੀ ਅਤੇ ਜਿਸ ਵਿੱਚ ਲਿਖਿਆ ਸੀ ਕਿ ਮਿਸ, ਮੇਰੇ ਕੋਲ ਬੰਬ ਹੈ ਅਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਕੋਲ ਆ ਕੇ ਬੈਠੋ। ਅਤੇ ਇਹ ਪਰਚੀ ਫਲੋਰੈਂਸ ਨੇ ਦੂਜੀ ਅਟੈਂਡੈਂਟ ਟੀਨਾ ਮੈਕਲਨ ਨੂੰ ਦਿਖਾਈ ਅਤੇ ਟੀਨਾ ਹੌਸਲਾ ਕਰਕੇ ਡੈਨ ਕੋਲ ਜਾ ਕੇ ਬੈਠ ਗਈ ਅਤੇ ਜਦੋਂ ਡੈਨ ਨੇ ਆਪਣਾ ਕਾਲਾ ਸੂਟਕੇਸ ਖੋਲ੍ਹਿਆ ਤਾਂ ਦੇਖਿਆ ਕਿ ਉਸ ਵਿੱਚ ਬੰਬ ਫਿੱਟ ਕੀਤਾ ਹੋਇਆ ਸੀ ਅਤੇ ਉਸਨੇ ਕਿਹਾ ਕਿ ਇਹ ਪਲੇਨ ਹਾਈਜੈਕ ਹੋ ਚੁੱਕਿਆ ਅਤੇ ਤੁਸੀਂ ਮੇਰੀ ਡਿਮਾਂਡ ਪਾਇਲਟ ਕੋਲ ਲੈ ਕੇ ਜਾਓ। ਅਤੇ ਉਸਨੇ ਆਪਣੀਆਂ ਡਿਮਾਂਡਾਂ ਇੱਕ ਪਰਚੀ 'ਤੇ ਲਿਖ ਦਿੱਤੀਆਂ। ਅੱਜ ਸ਼ਾਮ 5 ਵਜੇ ਤੱਕ ਮੈਨੂੰ $2,00,000 ਅਤੇ ਨਾਲ 4 ਪੈਰਾਸ਼ੂਟ, 2 ਪ੍ਰਾਇਮਰੀ ਬੈਕ ਪੈਰਾਸ਼ੂਟ ਅਤੇ 2 ਰਿਜ਼ਰਵ ਫਰੰਟ ਪੈਰਾਸ਼ੂਟ ਅਤੇ ਜਹਾਜ਼ ਨੂੰ ਰਨਵੇ 'ਤੇ ਲੈਂਡ ਕਰਨ ਤੋਂ ਪਹਿਲਾਂ ਉੱਥੇ ਹੀ ਫਿਊਲ ਕਰਨ ਲਈ ਤੇਲ ਦਾ ਭਰਿਆ ਟਰੱਕ ਖੜ੍ਹਾ ਹੋਵੇ। ਜੇ ਕੋਈ ਵੀ ਗੜਬੜ ਹੋਈ ਤਾਂ ਮੈਂ ਜਹਾਜ਼ ਨੂੰ ਬੰਬ ਨਾਲ ਉਡਾ ਦੇਵਾਂਗਾ। ਇਹ ਡਿਮਾਂਡਾਂ ਪਾਇਲਟ ਵਿਲੀਅਮ ਕੋਲ ਪਹੁੰਚਾਈਆਂ ਗਈਆਂ। ਇਸ ਤੋਂ ਤੁਰੰਤ ਬਾਅਦ ਪਾਇਲਟ ਨੇ ਇਹ ਸਾਰਾ ਕੁਝ ਸਿਆਟਲ ਦੇ ਏਅਰ ਕੰਟਰੋਲ ਨੂੰ ਦੱਸਿਆ ਅਤੇ ਕਿਹਾ ਕਿ ਡੈਨ ਨਾਮ ਦੇ ਬੰਦੇ ਨੇ ਪਲੇਨ ਹਾਈਜੈਕ ਕਰ ਲਿਆ ਅਤੇ ਇਹ ਸੁਣ ਕੇ ਏਅਰ ਕੰਟਰੋਲ ਅਥਾਰਟੀ ਵਿੱਚ ਹੜਕੰਪ ਮੱਚ ਗਿਆ ਅਤੇ ਇਹ ਜਾਣਕਾਰੀ FBI ਨੂੰ ਦਿੱਤੀ ਗਈ। ਅਤੇ ਦੂਜੇ ਪਾਸੇ ਡੈਨ ਨੇ ਟੀਨਾ ਨੂੰ ਕਿਹਾ ਜਦੋਂ ਤੱਕ ਸਾਰੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਜਹਾਜ਼ ਸਿਆਟਲ ਲੈਂਡ ਨਹੀਂ ਕਰੇਗਾ ਅਤੇ ਜੋ $2,00,000 ਨੇ ਉਹ ਸਾਰੇ $20 ਦੇ ਨੋਟ ਹੀ ਹੋਣ। FBI ਅਤੇ ਬਾਕੀ ਸਾਰੇ ਲੋਕਾਂ ਨੇ ਇਹ ਡਿਮਾਂਡਾਂ ਨੂੰ ਮੰਨ ਲਿਆ, ਸੋਚਿਆ ਕਿ ਜਦੋਂ ਉਹ ਹੋਰ ਕਿਤੇ ਉਤਰੇਗਾ ਉਦੋਂ ਉਸ ਨੂੰ ਫੜ ਲਵਾਂਗੇ। ਅਤੇ ਸਿਆਟਲ ਪਹੁੰਚ ਕੇ ਜਹਾਜ਼ ਹਵਾ ਵਿੱਚ ਘੁੰਮੀ ਗਿਆ ਅਤੇ ਯਾਤਰੀ ਡਰ ਨਾ ਜਾਣ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਜਹਾਜ਼ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਆਰਾਮ ਨਾਲ ਬੈਠੇ ਰਹੋ। ਸੋ FBI ਨੂੰ ਇਸ ਸਮੇਂ ਇਹ ਡਿਮਾਂਡ ਕੋਈ ਬਹੁਤੀ ਵੱਡੀ ਵੀ ਨਹੀਂ ਲੱਗੀ ਅਤੇ ਪੂਰੀ ਕਰਨੀ ਵੀ ਸਹੀ ਲੱਗੀ, ਕਿਉਂਕਿ ਜਹਾਜ਼ ਵਿੱਚ ਅਸਲੀ ਬੰਬ ਸੀ ਅਤੇ ਯਾਤਰੀ ਵੀ ਸੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਬਾਅਦ ਵਿੱਚ ਇਸ ਨੂੰ ਫੜ ਲਵਾਂਗੇ। ਪਰ ਇਸ ਵਿਚਕਾਰ ਡੈਨ ਆਪਣੀ ਸੀਟ 'ਤੇ ਬੈਠਾ ਸਿਗਰਟ ਪੀ ਰਿਹਾ ਸੀ ਅਤੇ ਜਦੋਂ ਟੀਨਾ ਨੇ ਡੈਨ ਨੂੰ ਪੁੱਛਿਆ ਕਿ ਤੂੰ
नॉर्थ वैसट एयरलाइन नूं ही क्यों चुनिया है। तो उसने इस पिछे का कारण दस्या कि यह सिर्फ इतफाक है कि मैं इस प्लेन विच बैठा, मैं तो सिर्फ बदला लेना सी। FBI 2 घंटे विच सियाटल दे बैंक तो $20 दे $2 लाख का बंदोबस्त करती है। इस तों बाद FBI सारे नोटां दे सीरियल नंबर नोट करवाउंदी है तां जो इन्हां नूं आसानी नाल ट्रैक किया जा सके बाद विच। ते इस सारे नंबर एक सीरियल दे ही हुंदे ने। ते अज 2023 विच ये $2 लाख की कीमत लगभग $14 लाख के बराबर होगी। ते जेकर इंडियन करंसी दे हिसाब नाल देखा जाए तो इन्हां दी कीमत 11 करोड़ रुपये बनती है। पैसों के इंतजाम तो बाद पैराशूट ते तेल दी टैंकर का प्रबंध करके पायलट नूं दस्या जांदा है। इस तों बाद डैन जहाज नूं लैंड करन दी परमिशन दिंदा है। ते लैंड करन तों पहलां इस जहाज दीआं सारीआं खिड़कियां नूं अंदर तों बंद करवा दिंदा है तां कि कोई भी बाहर तों इस दे अंदर कोई भी मूवमेंट ना देख सके। ते शाम दे 5:45 ते जहाज एयरपोर्ट ते लैंड करदा है। ते $2 लाख ते 4 पैराशूट जहाज दे पिछे वाले गेट कोल टीना नूं फड़ा दिते जांदे ने। उस समय बोइंग 727 इकलौता जिहा जहाज सी जिस दीआं पौड़ियां पिछे वल खुलदियां सी। ते ये पैसे $20 दे होण कारण इन्हां नूं थैले विच भरिया गया जिसका वजन 10 किलो दे लगभग हो गया सी। डैन दीआं डिमांडां पूरियां होण ते उसने 35 यात्री ते 2 फ्लाइट अटेंडेंट्स नूं उत्थे ही उतारन दी आग्या दे दित्ती। ते हुण उस जहाज विच सिर्फ 5 लोक बचे, पायलट विलियम स्कॉट, को पायलट विल रैटाचैक, फ्लाइट इंजीनियर हॉर्नल्ड एंडरसन, फ्लाइट अटेंडेंट टीना मैकलॉन, नंबर 5 ते सी डैन कूपर। इस तों बाद डैन ने शर्तां रखियां कि जहाज नूं मैक्सीको लैके चलो, पर पायलट ने कहा कि यह डायरेक्ट मैक्सीको नहीं जा सकता, इसलिए इस नूं रीफ्यूल करन लई रोकना पवेगा। ते सियाटल तों रेनो एयरपोर्ट नूं ही फ्यूल करन लई चुनिया गया। ते दूजी शर्त जहाज दा पिछला डोर खुला रखा जावे। उस नूं कहा गया कि इस तरह यह जहाज टेक ऑफ नहीं करता। ते उस नूं ऑप्शन दिता कि टेक ऑफ करके हवा विच इस नूं खोल दिता जाएगा। तीजी शर्त सी इस प्लेन दी स्पीड 200 माइल्स तों ज्यादा नहीं कीती जाएगी। चौथी शर्त ए सी कि इस दा लैंडिंग गेयर पूरे सफर विच खुला रहेगा। ते एयरपोर्ट अथॉरिटी ते FBI ने उस दीआं सारीआं शर्तां मन लईआं। ते इस तों बाद 7:30 बजे शाम नूं जहाज ने शटल तों टेक ऑफ कीता। ते जहाज हवा विच जाण तों 5 मिंट बाद ही डैन ने नाल बैठी टीना नूं कहा कि उह कॉकपिट विच चले जावे ते अंदरों लॉक ला लवे। ते उह तां पहलां ही उत्थों जाण नूं तैयार सी। ते उसने अंदर जाण तों पहलां आखरी बार डैन नूं देखिया ते उह उस समय अपने लक नाल कुछ बन्नण दी कोशिश कर रहा सी। हो सकदा हो पैसों का बैग ही बनने की तैयारी कर रहा हो। इस तों बाद टीना ने लॉक ला लिया ते पिछे डैन हुण कल्ला बचिया सी। ते दूजे पासे जदों जहाज ने टेक ऑफ कीता सी तां FBI ने इस ते नज़र रखने लई 2 एयरफोर्स दे फाइटर प्लेन इस दे पिछे लगा दिते। ये डैन दे जहाज तों एक उत्ते उड़ रहा सी ते दूजा उस जहाज दे थले उड़ रहा सी। डैन दा जहाज 200 माइल्स की स्पीड ते सही उड़ रहा सी। ते बाहर हनेरा होण करके ते मीह पैण करके विजिबिलिटी काफ़ी घट हो गई। ते करीब 8 बजे कॉकपिट विच वार्निंग मिली कि पिछे दी पौड़ी खोली गई है, पर उन्हां विच्चों किसे दी हिम्मत नहीं हुई कि वह पिछे जाके देख लैन। ते इस तों 10-15 मिंट बाद उन्हां नूं एयर प्रेशर बदलन ते झटके दी आवाज़ आई, पर उन्हां ने फिर भी बाहर आके नहीं देखिया। फिर रात 10 बजे यह जहाज रेनो एयरपोर्ट ते उतरिया ते उस समय जहाज की पिछली पौड़ी खुली हुई सी। रेनो एयरपोर्ट ते पहलां ही FBI मौजूद सी तां कि कूपर नूं लैंड करदे ही फड़ सकन। ते जहाज दे लैंड हुंदे ही जदों इन्हां ने जहाज विच एंटर ਕੀਤਾ ਤਾਂ ਡੈਨ ਕਿਤੇ ਵੀ ਦਿਖਾਈ ਨਹੀਂ ਦਿੱਤਾ। ਡੈਨ ਦੀ ਸੀਟ ਉੱਤੋਂ ਇੱਕ ਪੈਰਾਸ਼ੂਟ, ਇੱਕ ਕਲਿੱਪ ਔਨ ਟਾਈ ਤੇ ਬਹੁਤ ਸਾਰੇ ਸਿਗਰਟ ਦੇ ਵਰਡਸ ਪਏ ਮਿਲੇ। ਇਸ ਦਾ ਮਤਲਬ ਡੈਨ ਸੈਟਲ ਤੇ ਰੈਨੋ ਦੇ ਵਿਚਕਾਰ ਕਿਤੇ ਜੰਪ ਕਰ ਗਿਆ। ਪਰ ਇੱਥੇ ਇੱਕ ਸਵਾਲ ਖੜਾ ਹੋ ਗਿਆ ਕਿ ਹਨੇਰੇ ਵਿੱਚ ਨਾ ਤਾਂ ਕੂਪਰ ਨੂੰ ਕਿਸੇ ਫਾਈਟਰ ਜੈਟ ਨੇ ਦੇਖਿਆ ਤੇ ਨਾ ਹੀ ਜਹਾਜ਼ ਵਿੱਚ ਬੈਠੇ ਕਿਸੇ ਬੰਦੇ ਨੂੰ ਪਤਾ ਲੱਗਿਆ, ਤਾਂ ਫਿਰ ਡੈਨ ਗਿਆ ਤਾਂ ਗਿਆ ਕਿੱਥੇ? ਇਸ ਤੋਂ ਬਾਅਦ FBI ਜਹਾਜ਼ ਵਿੱਚ ਬੈਠੇ ਬੰਦਿਆਂ ਤੋਂ ਜਾਂਚ ਕਰਨ ਲੱਗੀ ਤਾਂ ਉਹਨਾਂ ਨੇ ਦੱਸਿਆ ਕਿ 8:15 ਦੇ ਕਰੀਬ ਇੱਕ ਜ਼ੋਰਦਾਰ ਆਵਾਜ਼ ਆਈ ਸੀ ਤੇ ਹੋ ਸਕਦਾ ਇਹ ਉਸੇ ਸਮੇਂ ਉਤਰਿਆ ਹੋਵੇ। ਤਾਂ ਇਸ ਤੋਂ ਬਾਅਦ ਉਹਨਾਂ ਨੇ ਪੂਰਾ ਰੂਟ ਚੈੱਕ ਕੀਤਾ ਤੇ ਟਾਈਮਿੰਗ ਦੇ ਹਿਸਾਬ ਨਾਲ ਜਹਾਜ਼ ਦੀ ਲੋਕੇਸ਼ਨ ਚੈੱਕ ਕੀਤੀ। ਪੋਰਟਲੈਂਡ ਤੋਂ 64 ਕਿਲੋਮੀਟਰ ਦੂਰ ਵਾਸ਼ਿੰਗਟਨ ਤੇ ਲੂਇਸ ਨਦੀ ਦੇ ਆਸ ਪਾਸ ਦੀ ਲੋਕੇਸ਼ਨ ਆਈ ਕਿ ਇਸ ਸਮੇਂ ਇੱਥੇ ਜਹਾਜ਼ ਉੱਡ ਰਿਹਾ ਹੋਵੇਗਾ। ਇਸ ਤੋਂ ਬਾਅਦ ਜਹਾਜ਼ ਦੇ ਪਾਇਲਟ ਕੋ
पायलट की मदद नाल रात नू डैन कूपर का स्कैच बनाया गया। इस तो बाद इतिहास का सब तो औखा मिशन नॉरजैक शुरू होया। यह मिशन कखां दे ढेर विचों सूई लभण जिन्ना मुश्किल सी क्योंकि वह इलाका जंगल ते नदियां वाला सी, पर फिर भी यह मिशन चलता रहा। कई सौ लोगों की टीम बना के धरती पानी ते हवा विच हैलीकॉप्टर नाल सारे किते लभ्या गया, पर ना ही डैन, ना ही वह पैसे, ना ही पैराशूट, कुछ भी नहीं लभ्या। जिस तो बाद यह खबर पूरे यूएस विच अग वांग फैल गई ते हर कोई जानना चाहुंदा सी कि आखिर वह इंसान है कौन है जो रात दे हनेरे विच फिल्मी तरीके नाल गायब हो गया। ते जेकर गल करिए डैन कूपर नूं डीवी कूपर क्यों कहा जांदा सी, तां तुहानूं दस दईए कि इह एक न्यूज़पेपर तो गलती हुई सी। उन्हां तों गलती नाल डीवी कूपर नाम लिखिया गया, जिस तों बाद इह नाम मशहूर हो गया। ते जो टिकट खरीदते समय उसने अपना नाम डैन कूपर दिता सी, उस नाम की सही हिस्टरी देखी गई, पर उस नाम बारे कोई जानकारी नहीं मिली। FBI ने उसनू दिते नोटां दे सीरियल नंबर पब्लिक कर दिते। कई न्यूज़पेपर वाले ने तो यह भी अनाउंस कर दिता सी कि जेकर कोई इन्हां सीरियल नंबर वाले नोटां विचों कोई एक नोट भी लियावेगा तो उन्होंने $5,000 का नाम दिता जाएगा, पर फिर भी कुछ पता नहीं लग्या। तो FBI नू शुरू तो यह लग रहा है कि उसकी मौत हो गई होगी क्योंकि जिन्हां हालातों विच उसने जंप किया सी उस विच कोई बच नहीं सकता, क्योंकि ना तो उसने कोई स्पैशल जंप करने वाला सूट पाया हुआ सी, ना ही कोई हैलमेट, तो उसका पैराशूट भी खुद कंट्रोल होने वाला नहीं सी। इस करके वह हवा दे नाल ही घूम घूम के कितने दरख्त गिर गया होगा तो उसकी मौत हो गई होगी। या फिर एक कारण यह भी हो सकता है डैन उस रात लुइस नदी में गिरया होगा, तो नवंबर के महीने में लुइस नदी में बहुत ज़्यादा ठंड होती है। पैसों वाला बैग लक ते बन्नण करके उसनू परेशानी हुई होगी, तो वजन होने कारण वह डुब गया होगा। पर FBI ते यह सवाल उठे कि जेकर डैन मर गया तो उसकी लाश क्यों नहीं मिली, तो इस करके जांच चलती रही। तो एक घटना तो 9 साल बाद 10 फरवरी 1980 नूं ब्रेन नाम का 8-9 साल का मुंडा अपने माता पिता नाल कोलंबिया के एक टीनाबार नाम की नदी के किनारे पिकनिक मनाउण लई जांदा है, ते उत्थे रेत ते खेडदे जदों इह टोआ पुटदे ने तां उत्थे इन्हां नूं रेत विच्चों $20 दीआं 3 गुटियां मिलदीआं ने। पर यह नोटां की हालत थोड़ी खराब हो गई सी, पर यह कुल $5,800 सी। यह नोट FBI तक पहुँचाए गए, तो जेकर नोटां की हालत माड़ी ना होंदी तो हो सकता सी कि यह FBI तक ना पहुँचाए जाते, तो शायद वह खुद ही रख लेंदे। पर उत्थे पहुँचण तो बाद नोट मिलाउण ते पता लग्या कि यह कूपर वाले ही नोट सी। इस तो बाद फिर टीनाबार बीच ते बहुत चैकिंग ते खुदाई की गई, पर इन्हां 3 बंडलों तो इलावा उत्थे होर कुछ भी नहीं मिलिया। तो यह बंडल मिलण तो बाद केस सुलझण की जगह होर उलझ गया, क्योंकि टीनाबार बीच उत्थों 27 किलोमीटर दूर सी जिथों डैन ने उस रात छाल मारी सी। ते हुण सवाल यह आया कि यह पैसे इत्थे आए किवें, तो यह थ्यूरी मिली कि कुछ बंडल लुइस नदी विच गिर गए होणगी, ते उत्थों पानी के बहाव नाल कोलंबिया नदी तो टीनाबार तक पहुँच गए। पर यह नदियां बहुत अलग अलग बहिंदियां सी। दूजा यह कि यह तीनों बंडल इको साथ बह के एक ही बीच के किनारे ते एक ही जगह ते किवें रुक गए, यह थोड़ा पॉसीबल नहीं लग रहा। सो हुण सवाल यह सी कि डैन उस रात बच गया, कि उसने ही ये पैसे उत्थे लुकोए, या फिर ये पैसे किसी होर नूं मिल गए उसने उत्थे दब दिते होण। सो हुण ये केस विच हर साल दर साल FBI हर उस जगह नूं देखती रही जिसका कूपर नाल संबंध सी। FBI ने बहुत सारे लोगों नूं फड़िया जिन्हां ते FBI कूपर होण दा शक करदी सी, जिन्हां विचों बहुत सारे लोग अजिहे भी सी जिन्हां दे फैमिली मैंबर ने खुद आके कहा कि उसका भाई DV कूपर है जां मेरा अंकल DV कूपर है, पर FBI नूं कोई सबूत नहीं मिलिया जो उन्हां दे फैमिली मैंबरां नूं असली DV कूपर साबित कर सके। ये इन्वेस्टिगेशन 2011 तक चलिया जिस विच कई हज़ार लोग फड़े गए, तो इस केस दियां इन्नियां फाइलां बन गईयां जे उन्हां नूं एक तो उपर एक करके रखा जाता तो वह 40 फुट उच्चियां हो जांदियां। सो ये केस विच जो सब तो ठोस बंदा फड़िया गया उसका नाम सी रिचर्ड फ्लॉयड मैकॉय जूनियर। इसने डैन दे गैब होने तो 4 महीने बाद अप्रैल 1972 नूं बिल्कुल उसे तरह प्लेन हाईजैक किया जिमें डैन कूपर ने किया। सो इसने सेम उस तरह जहाज विच जाके चिट्ठी दित्ती ते सेम जहाज हाईजैक किया, सिर्फ पैसे $2,00,000 की जगह $5,00,000 मंगे,
पर इस नूं 2 दिन बाद FBI ने फड़ लिया। उन्हां नूं लग्या कि यही डैन कूपर है, पर इस नूं साबित करन विच एक चक्कर पै गया उस दी उम्र दा, क्योंकि रिचर्ड दी उम्र उस समय 29 साल दी सी, पर डैन नूं देखण वाले लोकां ने दस्या कि ओह 45 साल तों 50 साल दी उम्र दा सी। ते इस तों इलावा रिचर्ड ने भी यह नहीं मन्या ते 2 साल बाद 1974 विच एक मुठभेड़ विच पुलिस दी गोली नाल रिचर्ड दी मौत हो गई। सो यह सारे सवाल खत्म हो गए। सो उस समय तो नहीं, पर अज दे समय यह संभव है कि डैन दीआं पीतीआं सिगरट्स दे बर्ड्स तों यह पता लगाया जा सकता है कि रिचर्ड ही डैन सी। पर इत्थे कहानी विच मोड़ उदों आउंदा है जदों FBI कोलों एक रहस्यमय तरीके नाल यह सिगरट बर्ड्स भी गायब हो जांदे ने। सो यह गैब किवें होए इसका अज तक FBI कोई भी जवाब नहीं है। इस तो बाद 8 जुलाई 2016 FBI ने कहा कि असी डैन नूं लभण की बहुत कोशिश की है ते बहुत मैन पावर ते पैसा खर्च किया, पर वह कित्थों आया कित्थे गया सानू नहीं पता लग्या। 45 साल बाद FBI ने हार मन ली ते अज भी 2023 52 साल बाद यह पता नहीं लग्या कि उस रात गायब होने वाला DB कूपर या डैन कूपर कौन ਸੀ ਤੇ ਉਹ ਕਿੱਥੇ ਗਿਆ। ਇਹ ਕੇਸ US ਦੀ ਹਿਸਟਰੀ ਦਾ ਇਕਲੌਤਾ ਹਾਈਜੈਕਿੰਗ ਦਾ ਕੇਸ ਹੈ ਜੋ ਸੋਲਵ ਨਹੀਂ ਹੋਇਆ। ਅਮਰੀਕਾ ਦੇ ਲੋਕ DB ਕੂਪਰ ਨੂੰ ਇੱਕ ਹੀਰੋ ਮੰਨਣ ਲੱਗੇ। ਉਸ ਸਮੇਂ ਲੋਕ ਮੰਨਦੇ ਸੀ ਕਿ ਜਿਵੇਂ ਡੈਨ ਨੇ ਪਲੇਨ ਹਾਈਜੈਕ ਕੀਤਾ ਹੈ ਤੇ ਉਸ ਤੋਂ ਬਾਅਦ FBI ਦੇ ਹੱਥ ਵੀ ਨਹੀਂ ਆਇਆ, ਉਹ ਕਾਬਲੇ ਤਾਰੀਫ ਹੈ ਤੇ ਉਹ ਮੰਨਦੇ ਸੀ ਕਿ ਇਹ ਇੱਕ ਪਰਫੈਕਟ ਕ੍ਰਾਈਮ ਹੈ ਜੋ ਬਿਨਾਂ ਕਿਸੇ ਨੂੰ ਮਾਰੇ ਜਾਂ ਦੁੱਖ ਦਿੱਤੇ ਕੀਤਾ ਗਿਆ ਸੀ। ਏਰੀਅਲ ਵਾਸ਼ਿੰਗਟਨ ਜਿੱਥੇ ਕੂਪਰ ਨੇ ਛਾਲ ਮਾਰੀ ਸੀ ਉੱਥੇ ਇੱਕ ਥੋੜ੍ਹੀ ਦੂਰੀ 'ਤੇ ਸ਼ੌਪ ਹੈ ਜਿੱਥੇ ਅੱਜ ਵੀ ਕਈ ਲੋਕ ਥੈਂਕਸ ਗਿਵਿੰਗ ਡੇ 'ਤੇ ਡੈਨ ਦੀ ਕਾਮਯਾਬੀ ਦਾ ਜਸ਼ਨ ਮਨਾਉਣ ਆਉਂਦੇ ਨੇ। DB ਕੂਪਰ ਉੱਤੇ ਬਹੁਤ ਮੂਵੀਜ਼ ਅਤੇ ਵੈੱਬ ਸੀਰੀਜ਼ ਵੀ ਬਣਾਏ ਗਏ ਨੇ ਜਿਨ੍ਹਾਂ ਵਿੱਚ ਇੱਕ ਨੈੱਟਫਲਿਕਸ 'ਤੇ ਵੀ ਹੈ ਜਿਸ ਵਿੱਚ ਡੈਨ ਬਾਰੇ ਕਾਫ਼ੀ ਕੁਝ ਦਿਖਾਇਆ ਹੋਇਆ ਹੈ। ਅਤੇ ਸਪੋਟੀਕੋ ਡਾਊਨਲੋਡ ਕਰਨ ਲਈ ਤੋਂ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਮਾੜੀ ਚੀਜ਼ ਹਮੇਸ਼ਾ ਅਟਰੈਕਟਿਵ ਹੁੰਦੀ ਹੈ ਅਤੇ ਚੰਗੀ ਚੀਜ਼ ਹਮੇਸ਼ਾ ਬੋਰਿੰਗ ਹੁੰਦੀ ਹੈ। ਅਤੇ ਇਸ ਦੀ ਇੱਕ ਛੋਟੀ ਜਿਹੀ ਉਦਾਹਰਨ ਅਸੀਂ ਦੇ ਦਿੰਦੇ ਹਾਂ, ਜਿਵੇਂ ਕਿ ਪਾਣੀ ਦੀ ਬੋਤਲ ਅਤੇ ਦਾਰੂ ਦੀ ਬੋਤਲ ਨੂੰ ਤੁਸੀਂ ਦੇਖ ਸਕਦੇ ਹੋ। ਸੋ ਇਸ ਦੀਆਂ ਬਹੁਤ ਸਾਰੀਆਂ ਇੰਟਰਸਟਿੰਗ ਉਦਾਹਰਨਾਂ ਬਣ ਸਕਦੀਆਂ ਨੇ ਕਿ ਕਿਹੜੀ ਮਾੜੀ ਚੀਜ਼ ਤੁਹਾਨੂੰ ਅਟਰੈਕਟਿਵ ਲੱਗਦੀ ਹੈ ਅਤੇ ਕਿਹੜੀ ਚੰਗੀ ਚੀਜ਼ ਤੁਹਾਨੂੰ ਬੋਰਿੰਗ ਲੱਗਦੀ ਹੈ। ਸੋ ਇਹ ਇੰਟਰਸਟਿੰਗ ਉਦਾਹਰਨਾਂ ਤੁਸੀਂ ਸਾਨੂੰ ਨੀਚੇ ਕਮੈਂਟਾਂ ਵਿੱਚ ਜ਼ਰੂਰ ਦਿਓ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੂਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਫੋਲੋ ਕਰ ਲਿਓ ਅਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।